ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਟਰੈਕਟਰ ਟਰਾਲੀ ਦੋਵੇਂ ਦੋ ਪਾਰਟੀਆਂ ਸੜਕ ਤੇ ਹੀ ਖਾ ਗਏ। ਰੇਤੇ ਦੇ ਨਾਲ ਭਰੀ ਹੋਈ ਇਹ ਟਰਾਲੀ ਸੀ ਜੋ ਸੜਕ ਤੇ ਹੀ ਪਲਟ ਗਏ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਟਰੱਕ ਓਵਰਟੇਕ ਕਰਦਾ ਹੋਇਆ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰਦਾ ਔਰ ਟਰੈਕਟਰ ਟਰਾਲੀ ਮੌਕੇ ਤੇ ਹੀ ਸੜਕ ਤੇ ਪਲਟ ਜਾਂਦੇ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਇਹ ਭਿਆਨਕ ਤਸਵੀਰਾਂ ਕੈਦ ਹੋਈਆਂ ਨੇ। ਮੱਧ ਪ੍ਰਦੇਸ਼ ਦੇ ਰਤਲਾਮ ਦੀ ਇਹ ਵੀਡੀਓ ਹੈ। ਰੇਤੇ ਦੇ ਨਾਲ ਭਰੀ ਹੋਈ ਇਹ ਟਰਾਲੀ ਸੀ। ਇਸ ਘਟਨਾ ਤੋਂ ਬਾਅਦ ਟਰੱਕ ਦਾ ਡਰਾਈਵਰ ਟਰੱਕ ਨੂੰ ਭਜਾ ਕੇ ਲੈ ਗਿਆ ਔਰ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਉਹ ਭੱਜ ਕੇ ਆਏ, ਜਿਨ੍ਹਾਂ ਨੇ ਟਰੈਕਟਰ ਚਾਲਕ ਨੂੰ ਬਾਹਰ ਕੱਢਿਆ ਤੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਾਂ ਦੱਸਦੇ ਕਿ ਟਰੈਕਟਰ ਟਰਾਲੀ ਆਪਣੀ ਸਾਈਡ ਤੇ ਆ ਰਹੇ ਸੀ, ਓਵਰਟੇਕ ਕਰ ਰਿਹਾ ਟਰੱਕ ਜੋ ਕਿ ਪਿੱਛੇ ਤੋਂ ਆ ਰਿਹਾ ਸੀ, ਉਸਨੇ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰੀ। ਉਸ ਤੋਂ ਬਾਅਦ ਟਰੈਕਟਰ ਟਰਾਲੀ ਦੋਵੇਂ ਸੜਕ ਤੇ ਦੋ ਪਾਰਟੀਆਂ ਖਾ ਗਏ, ਬਾਕੀ ਵਾਹਨਾਂ ਦਾ ਵੀ ਬਚਾ ਰਿਹਾ। ਤਾਂ ਤੇਜ਼ ਰਫ਼ਤਾਰ ਟਰੱਕ ਦਾ ਕਹਿਰ ਸਾਫ਼ ਤੌਰ ਤੇ ਨਜ਼ਰ ਆਇਆ ਸੜਕ ਤੇ, ਕਿਵੇਂ ਟਰੈਕਟਰ ਤੇ ਟਰਾਲੀ ਪਲਟਾ ਦਿੱਤੇ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਇਹ ਭਿਆਨਕ ਹਾਦਸਾ ਕੈਦ ਹੋਇਆ। ਪਿੱਛੇ ਤੋਂ ਇਹ ਟਰੱਕ ਆ ਰਿਹਾ ਸੀ ਜੋ ਓਵਰਟੇਕ ਕਰਦੇ ਸਮੇਂ ਟਰਾਲੀ ਦੇ ਵਿੱਚ ਵੱਜਾ ਔਰ ਟਰਾਲੀ ਟਰੈਕਟਰ ਬੇਕਾਬੂ ਹੋ ਗਏ, ਸੜਕ ਤੇ ਹੀ ਪਲਟ ਗਏ ਔਰ ਇਹ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਔਰ ਅਣਪਛਾਤਿਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ।